ਤੁਸੀਂ ਆਰਾਮ ਨਾਲ ਸੜਕਾਂ ਤੇ ਜਾ ਸਕਦੇ ਹੋ ਜਾਂ ਫਿਰ ਆਰਾਮ ਨਾਲ ਘੁੰਮ ਸਕਦੇ ਹੋ। ਨਹੀਂ, ਇਹਦਾ ਆਨਸਰ ਨਹੀਂ ਮਿਲਦਾ। ਕਿਉਂ ਇਹ ਜਾ ਹੋ ਰਿਹਾ ਹੈ? ਇਸ ਸਵਾਲ ਨੂੰ ਲੈ ਕੇ ਮੈਂ ਜਸਵਿੰਦਰਪਾਲ ਚੰਨ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਕਰਦਾ ਤੇ ਇਸ ਸਵਾਲ ਨੂੰ ਅੱਗੇ ਤੋਰਦੇ ਹੋਏ ਗੱਲ ਕਰਦੇ ਹਾਂ ਕਿ ਅੱਜ ਦਹਿਸ਼ਤ ਇੰਨੀ ਹੈ ਉਹਨਾਂ ਚੈਨ ਸਨੇਚਰਾਂ ਦੀ ਜਿਨ੍ਹਾਂ ਨੇ ਨੱਕ ਵਿੱਚ ਦਮ ਕਰ ਰੱਖਿਆ, ਨੱਕ ਵਿੱਚ ਵੀ ਦਮ ਕੀਤਾ ਉਹਨਾਂ ਲੋਕਾਂ ਦੇ ਜੋ ਆਮ ਸੁਖੀ ਸ਼ਾਂਤੀ ਜ਼ਿੰਦਗੀ ਜੀਣਾ ਚਾਹੁੰਦੇ ਨੇ, ਪਰੰਤੂ ਇਹ ਜਿਹਾ ਨਹੀਂ ਹੁੰਦਾ। ਆਖਰ ਕਿਉਂ ਹੁੰਦਾ? ਤੁਸੀਂ ਕੁਝ ਤਸਵੀਰਾਂ ਆਪ ਹੀ ਦੇਖ ਰਹੇ ਹੋ ਕਿ ਇਸ ਵਿੱਚ ਚੈਨ ਸਨੇਚਰ ਆਉਂਦੇ ਨੇ, ਚਪਟਾ ਮਾਰ ਆਉਂਦੇ ਨੇ, ਚੈਨ ਸਨੇਚਿੰਗ ਕਰਕੇ ਲੈ ਜਾਂਦੇ, ਮੋਬਾਈਲ ਸਨੇਚਿੰਗ ਕਰਕੇ ਲੈ ਜਾਂਦੇ ਨੇ। ਆਖਰ ਕਿਉਂ ਹੋ ਰਿਹਾ? ਇਹ ਕੁਝ ਤਸਵੀਰਾਂ ਜੋ ਤੁਸੀਂ ਆਪਣੇ ਇਹ ਪੂਰੀ ਸਕਰੀਨ 'ਤੇ ਦੇਖ ਰਹੇ ਹੋ, ਇਹ ਸਵਾਲ ਪੈਦਾ ਕਰ ਰਹੀਆਂ ਨੇ ਅਸੀਂ ਕਿਸ ਸਮਾਜ ਵਿੱਚ ਰਹਿ ਰਹੇ ਹਾਂ। ਇਹ ਤਸਵੀਰਾਂ ਦੇ ਰੂਪ ਵਿੱਚ ਤੁਸੀਂ ਦੇਖ ਲਿਆ, ਦੂਸਰੇ ਪਾਸੇ ਪੁਲਿਸ ਦਾ ਵੀ ਇੱਕੋ ਇੱਕ ਜਵਾਬ ਆਉਂਦਾ, ਉਹ ਵੀ ਰਟਾ ਰਟਾ ਆ, ਅਸੀਂ ਕਾਰਵਾਈ ਕਰ ਰਹੇ ਹਾਂ, ਅਸੀਂ ਫੜ ਲਏ ਇੰਨੀਆਂ ਸਨੈਚਿੰਗਾਂ ਆਖਰ। ਪਰ ਸਵਾਲ ਇਹ ਹੈ ਕਿ ਇਹ ਘਟਨਾਵਾਂ ਰੁਕ ਕਿਉਂ ਨਹੀਂ ਰਹੀਆਂ? ਕਿਉਂ ਤੁਹਾਡੀਆਂ ਮਾਵਾਂ ਭੈਣਾਂ ਸੁਰੱਖਿਅਤ ਨਹੀਂ ਅਤੇ ਤੁਹਾਡੇ ਹੱਥਾਂ 'ਚ ਉਹ ਮਜ਼ਦੂਰ ਕਹੋ ਜਾਂ ਆਮ ਆਦਮੀ ਕਹੋ ਜੋ ਮਿਹਨਤ ਦੀ ਕਮਾਈ ਨਾਲ ਇੱਕ ਮੋਬਾਈਲ ਖਰੀਦਦਾ, ਉਹ ਵੀ ਚਪਟ ਮਾਰ ਕੇ ਲੈ ਜਾਂਦੇ ਨੇ ਜਾਂ ਤੁਹਾਡੇ ਘਰਾਂ ਦੇ ਸਾਹਮਣੇ ਚੀਜ਼ਾਂ ਨੂੰ ਚੋਰੀ ਕਰ ਲੈ ਜਾਂਦੇ ਨੇ? ਇਹਦੇ ਪਿੱਛੇ ਇੱਕ ਸਵਾਲ ਹੈ। ਆਖਰ ਇਹ ਸਵਾਲ ਕੀ ਕਹਿੰਦਾ ਹੈ? ਇਹ ਸਵਾਲ ਆਪਣੇ ਆਪ ਵਿੱਚ ਸਮਾਜ ਨੂੰ ਕਰਦਾ, ਸਰਕਾਰਾਂ ਨੂੰ ਕਰਦਾ, ਪੁਲਿਸ ਤੰਤਰ 'ਤੇ ਕਰਦਾ। ਸਵਾਲ ਇਹ ਹੈ, ਆਖਰ ਇਹ ਘਟਨਾਵਾਂ ਰੁਕ ਕਿਉਂ ਨਹੀਂ ਰਹੀਆਂ? ਇਹਦੇ ਪਿੱਛੇ ਦੋ ਮੂਲ ਕਾਰਨ ਇਹ ਵੀ ਮੰਨੇ ਜਾ ਰਹੇ ਨੇ, ਜਿਨ੍ਹਾਂ ਵਿੱਚ ਇੱਕ ਬੇਰੁਜ਼ਗਾਰੀ, ਜਿਸ ਤੋਂ ਕਰਕੇ ਨੌਜਵਾਨ ਭਟਕੇ ਇਹ ਚੀਜ਼ਾਂ ਦੇ ਅਪਰਾਧ ਦੇ ਰੂਪ ਵਿੱਚ ਲੈ ਲੈਂਦੇ ਨੇ ਜਾਂ ਅਪਰਾਧੀ ਬਣ ਕੇ ਸ਼ਰਿਆਂ ਘੁੰਮਦੇ ਨੇ, ਆਪਣੀ ਐਸ਼ ਪ੍ਰਸਤੀ ਦਾ ਜੀਵਨ ਉਹ ਪੂਰਾ ਕਰਦੇ ਨੇ। ਕਿਉਂਕਿ ਇੱਕ ਬੇਰੁਜ਼ਗਾਰੀ ਤੋਂ ਪਹਿਲਾਂ ਇੱਕ ਸੁਪਨਾ ਹੁੰਦਾ ਹੈ 16 ਤੋਂ 18, 20, 25 ਸਾਲ ਦੀ ਉਮਰ ਤੱਕ ਕਿ ਅਸੀਂ ਅਮੀਰ ਕਿਵੇਂ ਬਣਨਾ ਹੈ ਅਤੇ ਅਸੀਂ ਆਪਣੀਆਂ ਫਰੈਂਡਸ ਨੂੰ ਕਿਵੇਂ ਖੁਸ਼ ਰੱਖਣਾ, ਸੋਸਾਇਟੀ ਵਿੱਚ ਆਪਣਾ ਦਰਜਾ ਕਿਵੇਂ ਰੱਖਣਾ, ਫਿਰ ਉਸਨੂੰ ਪੂਰੀ ਕਰਨ ਵਾਸਤੇ ਕਈ ਨੌਜਵਾਨ ਇਸ ਦਾਇਰੇ ਵੱਲ ਵੀ ਚਲੇ ਜਾਂਦੇ ਨੇ, ਚੈਨ ਛੱਪਟੀ ਕਰਦੇ ਨੇ, ਜਿਨ੍ਹਾਂ ਵਿੱਚ ਛੋਟੇ ਘਰਾਂ ਤੋਂ ਲੈ ਕੇ ਵੱਡੇ ਘਰਾਂ ਦੇ ਨੌਜਵਾਨ ਵੀ ਸ਼ਾਮਲ ਨੇ। ਦੂਜੇ ਪਾਸੇ ਗੱਲ ਕਰਦੇ ਹਾਂ ਤਾਂ ਇਹ ਨੌਜਵਾਨ ਉਹ ਵੀ ਨੇ ਜੋ ਨਸ਼ੇ ਦੀ ਗ੍ਰਿਫਤ 'ਚ ਫਸੇ ਹੋਏ ਨੇ, ਕਿਉਂਕਿ ਹਰ ਘਰ ਵਿੱਚ ਨਸ਼ਾ ਹੈ। ਅਸੀਂ ਨਹੀਂ ਕਹਿ ਰਹੇ, ਚੈਨਲ ਸ਼ਹਿਰ ਪੰਜਾਬੀ ਨਹੀਂ ਕਹਿ ਰਿਹਾ, ਇਹ ਸਰਕਾਰੀ ਤੰਤਰ ਵੀ ਮੰਨਦਾ ਹੈ, ਇਹ ਵਿਰੋਧੀ ਤੰਤਰ ਵੀ ਮੰਨਦਾ ਹੈ, ਸਿਆਸਤ 'ਤੇ ਉਂਗਲ ਵੀ ਉੱਠਦੀ ਹੈ ਅਤੇ ਉੱਠਦਾ ਪੰਜਾਬ ਦਾ ਨਾਮ ਵੀ ਦਿੱਤਾ ਜਾਂਦਾ ਹੈ, ਜਿਸ ਦੇ ਕਾਰਨ ਵਿੱਚ ਇਹ ਵੀ ਘਟਨਾਵਾਂ ਇੱਕ ਬਹੁਤ ਵੱਡਾ ਕਾਰਨ, ਕਿਉਂਕਿ ਨਸ਼ੇ ਦੀ ਤੋੜ ਲਈ ਇਹ ਨੌਜਵਾਨ ਕੁਛ ਵੀ ਕਰ ਸਕਦੇ ਨੇ। ਕਿਸੇ ਦੀ 50,000 ਦੀ, 20,000 ਦੀ, 10,000 ਦੀ ਚੀਜ਼ ਨੂੰ ਇਹ ਸਿਰਫ ਇੱਕ ਟੀਕੇ ਜਾਂ ਇੱਕ ਪੂੜੀ ਲਈ ਦੇ ਦਿੰਦੇ ਨੇ, ਵੇਚ ਦਿੰਦੇ ਨੇ। ਪਰੰਤੂ ਸਵਾਲ ਉੱਥੇ ਖੜ੍ਹਾ ਹੈ, ਆਖਰ ਕਦੋਂ ਰੁਕਣਗੀਆਂ ਘਟਨਾਵਾਂ? ਇਹ ਆਪਣੇ ਆਪ ਵਿੱਚ ਸਵਾਲ ਜ਼ਰੂਰ ਹੈ। ਪਰੰਤੂ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਪਵੇਗਾ, ਸਾਨੂੰ ਮਿਲ ਕੇ ਕੰਮ ਕਰਨਾ ਪਵੇਗਾ ਅਤੇ ਸਰਕਾਰਾਂ ਨੂੰ ਰੋਜ਼ਗਾਰ ਅਤੇ ਨਸ਼ਾ ਰੋਕਣਾ ਪਵੇਗਾ ਅਤੇ ਸਰਕਾਰ ਦੇ ਕੰਮ ਵਿੱਚ ਸਾਨੂੰ ਸਹਿਯੋਗ ਕਰਨਾ ਪਵੇਗਾ, ਵਰਨਾ ਅਸੀਂ ਕੋਸਦੇ ਰਹਿ ਜਾਂਗੇ। ਆਪਣੀ ਨੌਜਵਾਨ ਪੀੜ੍ਹੀ ਨੂੰ ਸਮਝਾਉਣਾ ਪਵੇਗਾ ਕਿ ਸਾਨੂੰ ਜੇ ਰੁਜ਼ਗਾਰ ਮਿਲਦਾ ਹੈ ਤਾਂ ਸਾਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਰੁਜ਼ਗਾਰ ਭਾਵੇਂ ਛੋਟਾ ਹੈ ਜਾਂ ਵੱਡਾ ਹੈ ਪਰ ਰੁਜ਼ਗਾਰ ਹੈ। ਨਾਲ ਹੀ ਨਾਲ ਸਿਹਤ ਜਾਬੀ ਤਾਂ ਹੋ ਸਕਦੀ ਹੈ ਜੇ ਅਸੀਂ ਨਸ਼ਿਆਂ ਤੋਂ ਦੂਰ ਰਹਾਂਗੇ, ਕਿਉਂ ਨਸ਼ੇ ਘਰਾਂ ਦੇ ਘਰ ਬਰਬਾਦ ਕਰ ਰਹੇ ਨੇ ਅਤੇ ਸਾਡੇ ਸਮਾਜ ਵਿੱਚ ਨੌਜਵਾਨਾਂ ਨੂੰ ਅਪਰਾਧ ਵੱਲ ਲੈ ਕੇ ਜਾ ਰਹੇ ਨੇ। ਸਾਨੂੰ ਲੋੜ ਹੈ, ਉਹਦੇ ਵਿੱਚ ਮੀਡੀਆ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ, ਪੇਰੈਂਟਸ ਦੀ ਭੂਮਿਕਾ ਵੀ ਮਹੱਤਵਪੂਰਨ ਹੈ, ਉਹਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਸਾਰਿਆਂ ਦੀ ਭੂਮਿਕਾ ਜ਼ਰੂਰੀ ਹੈ। ਕਿਵੇਂ ਲੱਗੀ ਇਹ ਰਿਪੋਰਟ ਤੁਸੀਂ ਦੱਸਣਾ ਨਾ ਭੁੱਲਿਓ ਕਮੈਂਟ ਰਾਹੀਂ। ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਧੰਨਵਾਦ।